ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਨੇੜਿਓਂ ਆਏ ਮੇਰੇ ਭਰਾ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੁਲਿਸ ਮੁਲਾਜ਼ਮ ਆ, ਇੱਕ ਮਿੰਟ ਹੀ ਲਊਂਗਾ, ਵੱਧ ਤੋਂ ਡੇਢ ਮਿੰਟ। ਦੋ ਸਵਾਲ ਕਰਨੇ ਆ, ਹਾਂ ਜਾਂ ਨਾ ਜਵਾਬ ਦੇ ਦਿਓ। ਭਾਂਡਾ ਸਿੱਧੂ ਤੁਹਾਨੂੰ ਲੱਗਦਾ ਕਿ 10,000 ਰੁਪਇਆ ਮੰਗ ਸਕਦਾ, ਹਾਂ ਜਾਂ ਨਾ? ਦੂਸਰੀ ਗੱਲ, 20 ਲੱਖ ਦੀ ਗੱਡੀ ਘੁੰਮਣਾ ਬੰਦਾ ਕੀ ਕਿਸੇ ਦੀ ਚੈਲੀ ਲਾ ਸਕਦਾ? ਮੈਨੂੰ ਮੇਰੇ ਗੱਲਾਂ ਜਵਾਬ ਮਿਲ ਗਿਆ, ਬਾਕੀ ਘਰੇਟੇ ਪਰ ਤੁਹਾਨੂੰ ਪਤਾ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਾਡਾ ਭਰਾ ਹੈ, ਸਾਡੀ ਟੀਮ ਦਾ ਮੈਂਬਰ ਹੈ, ਇਸ ਲਈ ਘੱਟ ਸਮਾਂ ਚੱਲ ਜੂਗਾ। ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਨੇੜਿਓਂ ਆਏ ਮੇਰੇ ਭਰਾ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੁਲਿਸ ਮੁਲਾਜ਼ਮ ਆ, ਇੱਕ ਮਿੰਟ ਹੀ ਲਊਂਗਾ, ਵੱਧ ਤੋਂ ਡੇਢ ਮਿੰਟ। ਦੋ ਸਵਾਲ ਕਰਨੇ ਆ, ਹਾਂ ਜਾਂ ਨਾ ਜਵਾਬ ਦੇ ਦਿਓ। ਭਾਂਡਾ ਸਿੱਧੂ ਤੁਹਾਨੂੰ ਲੱਗਦਾ ਕਿ 10,000 ਰੁਪਇਆ ਮੰਗ ਸਕਦਾ, ਹਾਂ ਜਾਂ ਨਾ? ਦੂਸਰੀ ਗੱਲ, 20 ਲੱਖ ਦੀ ਗੱਡੀ ਘੁੰਮਣਾ ਬੰਦਾ ਕੀ ਕਿਸੇ ਦੀ ਚੈਲੀ ਲਾ ਸਕਦਾ? ਮੈਨੂੰ ਮੇਰੇ ਗੱਲਾਂ ਜਵਾਬ ਮਿਲ ਗਿਆ, ਬਾਕੀ ਘਰੇਟੇ ਪਰ ਤੁਹਾਨੂੰ ਪਤਾ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਾਡਾ ਭਰਾ ਹੈ, ਸਾਡੀ ਟੀਮ ਦਾ ਮੈਂਬਰ ਹੈ, ਇਸ ਲਈ ਘੱਟ ਸਮਾਂ ਚੱਲ ਜੂਗਾ। ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਨੇੜਿਓਂ ਆਏ ਮੇਰੇ ਭਰਾ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੁਲਿਸ ਮੁਲਾਜ਼ਮ ਆ, ਇੱਕ ਮਿੰਟ ਹੀ ਲਊਂਗਾ, ਵੱਧ ਤੋਂ ਡੇਢ ਮਿੰਟ। ਦੋ ਸਵਾਲ ਕਰਨੇ ਆ, ਹਾਂ ਜਾਂ ਨਾ ਜਵਾਬ ਦੇ ਦਿਓ। ਭਾਂਡਾ ਸਿੱਧੂ ਤੁਹਾਨੂੰ ਲੱਗਦਾ ਕਿ 10,000 ਰੁਪਇਆ ਮੰਗ ਸਕਦਾ, ਹਾਂ ਜਾਂ ਨਾ? ਦੂਸਰੀ ਗੱਲ, 20 ਲੱਖ ਦੀ ਗੱਡੀ ਘੁੰਮਣਾ ਬੰਦਾ ਕੀ ਕਿਸੇ ਦੀ ਚੈਲੀ ਲਾ ਸਕਦਾ? ਮੈਨੂੰ ਮੇਰੇ ਗੱਲਾਂ ਜਵਾਬ ਮਿਲ ਗਿਆ, ਬਾਕੀ ਘਰੇਟੇ ਪਰ ਤੁਹਾਨੂੰ ਪਤਾ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਾਡਾ ਭਰਾ ਹੈ, ਸਾਡੀ ਟੀਮ ਦਾ ਮੈਂਬਰ ਹੈ, ਇਸ ਲਈ ਘੱਟ ਸਮਾਂ ਚੱਲ ਜੂਗਾ। ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਨੇੜਿਓਂ ਆਏ ਮੇਰੇ ਭਰਾ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੁਲਿਸ ਮੁਲਾਜ਼ਮ ਆ, ਇੱਕ ਮਿੰਟ ਹੀ ਲਊਂਗਾ, ਵੱਧ ਤੋਂ ਡੇਢ ਮਿੰਟ। ਦੋ ਸਵਾਲ ਕਰਨੇ ਆ, ਹਾਂ ਜਾਂ ਨਾ ਜਵਾਬ ਦੇ ਦਿਓ। ਭਾਂਡਾ ਸਿੱਧੂ ਤੁਹਾਨੂੰ ਲੱਗਦਾ
ਕਿ 10,000 ਰੁਪਇਆ ਮੰਗ ਸਕਦਾ ਹਾਂ ਜਾਂ ਨਾ। ਦੂਸਰੀ ਗੱਲ, 20 ਲੱਖ ਦੀ ਗੱਡੀ ਘੁੰਮਣਾ ਬੰਦਾ ਕੀ ਕਿਸੇ ਦੀ ਕੈਲੀ ਲਾ ਸਕਦਾ? ਮੈਨੂੰ ਮੇਰੇ ਗੱਲਾਂ ਜਵਾਬ ਮਿਲ ਗਿਆ, ਬਾਕੀ ਘਰੇਟੇ ਪਰ ਤੁਹਾਨੂੰ ਪਤਾ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਾਡਾ ਭਰਾ ਹੈ, ਸਾਡੀ ਟੀਮ ਦਾ ਮੈਂਬਰ ਹੈ, ਇਸ ਲਈ ਘੱਟ ਸਮਾਂ ਚੱਲ ਜੂਗਾ। ਪਿੰਡ ਕੋਟ ਦੁਨਾ ਦੀ ਮੰਡੀ ਵਿੱਚ ਦੂਰੋਂ ਨੇੜੇ ਆਏ ਮੇਰੇ ਭਰਾ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਤੇ ਮੇਰੀਆਂ ਮਾਤਾਵਾਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਮਿੰਟ ਦਾ ਟਾਈਮ ਮਿਲਿਆ ਤੇ ਮੈਂ ਇੱਕ ਪੁਲਿਸ ਮੁਲਾਜ਼ਮ ਆ, ਇੱਕ ਮਿੰਟ ਹੀ ਲਊਂਗਾ, ਵੱਧ ਤੋਂ ਡੇਢ ਮਿੰਟ। ਦੋ ਸਵਾਲ ਕਰਨੇ ਆ, ਹਾਂ ਜਾਂ ਨਾ ਜਵਾਬ ਦੇ ਦਿਓ। ਭਾਂਡਾ ਸਿੱਧੂ, ਤੁਹਾਨੂੰ ਲੱਗਦਾ ਕਿ 10,000 ਰੁਪਇਆ ਮੰਗ ਸਕਦਾ ਹਾਂ ਜਾਂ ਨਾ? ਦੂਸਰੀ ਗੱਲ, 20 ਲੱਖ ਦੀ ਗੱਡੀ ਘੁੰਮਣਾ ਬੰਦਾ ਕੀ ਕਿਸੇ ਦੀ ਕੈਲੀ ਲਾ ਸਕਦਾ? ਮੈਨੂੰ ਮੇਰੇ ਗੱਲਾਂ ਜਵਾਬ ਮਿਲ ਗਿਆ, ਬਾਕੀ ਘਰੇਟੇ ਪਰ ਤੁਹਾਨੂੰ ਪਤਾ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਸਾਡਾ ਭਰਾ ਹੈ, ਸਾਡੀ ਟੀਮ ਦਾ ਮੈਂਬਰ ਹੈ, ਇਸ ਲਈ ਘੱਟ ਸਮਾਂ ਚੱਲ ਜੂਗਾ।